ਕੀ ਹਾਲ ਚਾਲ ਹੈ ਜੀ? ਅੱਜ ਘੁੰਮ ਰਹੇ ਜੀ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਮੋਲ ਹੈ, ਕਿਹੜਾ? ਲੂਲੂ ਮੋਲ ਅਤੇ ਇੱਥੇ ਆਏ ਸੀ ਅੱਜ ਘੁੰਮਣ, ਅਤੇ ਹੋਰ ਕੀ ਇੱਥੇ? ਇੱਥੇ ਤੁਹਾਨੂੰ ਏ ਟੂ ਜੈੱਡ ਮਿਲ ਜਾਂਦਾ ਬਾਈ, ਸਭ ਕੁਛ ਮਿਲ ਜਾਂਦਾ। ਇੱਦਾਂ ਦੀ ਕਿਹੜੀ ਚੀਜ਼ ਨਹੀਂ ਜਿਹੜੀ ਨਹੀਂ ਮਿਲਦੀ, ਸਭ ਕੁਛ ਮਿਲਦਾ ਇੱਥੇ। ਇੱਕ ਵਾਰੀ ਤੁਸੀਂ ਵਿਜ਼ਿਟ ਕਰਕੇ ਦੇਖੋਗੇ, ਲਖਨਊ ਦੇ ਵਿੱਚ ਹੈਗਾ ਆਪਣਾ ਲੂਲੂ ਮੋਲ, ਵਿਜ਼ਿਟ ਕਰੋਗੇ ਤਾਂ ਤੁਹਾਨੂੰ ਹਰੇਕ ਚੀਜ਼ ਮਿਲਣੀ ਹੈ ਇੱਥੇ। ਸਭ ਤੋਂ ਵੱਡੀ ਗੱਲ ਪਤਾ ਕੀ ਹੈ? 500 ਗੱਡੀਆਂ ਦੀ ਪਾਰਕਿੰਗ ਹੈ ਇਸ ਮੋਲ ਦੇ ਵਿੱਚ, 5000 ਗੱਡੀਆਂ ਦੀ ਪਾਰਕਿੰਗ। ਹਾਂ, ਇੱਧਰ ਹੋ ਗਿਆ ਜੀ ਸਾਰੀ ਵੈਜੀਟੇਰੀਅਨ, ਅਤੇ ਇੱਧਰ ਤੁਹਾਨੂੰ ਦੇਖੋ ਮਿਠਾਈਆਂ ਪ੍ਰਕਾਰ ਦੀਆਂ ਮਿਲਦੀਆਂ ਅਲੱਗ ਅਲੱਗ ਜਿਹੜੀ ਮਰਜ਼ੀ ਤੁਸੀਂ ਮਿਠਾਈ ਦੇਖ ਸਕਦੇ ਹੋ। ਦੇਖੋ ਦੂਧ ਕਰੀਮ ਸਾਰੀ, ਜਿਹੜੀ ਮਰਜ਼ੀ ਮਿਠਾਈ ਲਓ ਤੁਸੀਂ। ਕਿੱਦਾਂ ਲਓ, ਪੈਸੇ ਦੇਗੇ? ਭਾਜੀ ਪੈਸੇ ਦੇਣੇ ਪੈਣੇ, ਅਗਲਿਆਂ ਨੇ ਫਰਿੱਜ ਦੇਣੀ, ਉਹ ਖੁਰਚਾ ਵੀ ਉਹ ਦੇਖੋ ਖੁਰਚਾ ਫਿਰਨ ਡਿਆ ਨਾਲ। ਮੈਂ ਕਿਹਾ ਪੈਸੇ ਦੇ ਕੇ ਫਰਿੱਜ ਸ਼ੁਕਰ ਹੈ, ਮੈਂ ਆਪਣੀ ਪੇਸਟੀਆਂ ਸਭ ਕੁਝ ਮਿਲ ਜਾਂਦਾ ਇੱਦਾਂ ਦੀ ਕਿਹੜੀ ਇੱਕ ਪੇਸਟੀ ਵਾਲੇ ਕੋਰਨਰ ਵਾਲੀ ਸਾਈਡ ਹਰੇਕ ਚੀਜ਼ ਤੁਹਾਨੂੰ ਮਿਲੇਗੀ ਇੱਥੇ। ਮਤਲਬ ਇੱਦਾਂ ਦੀ ਕੋਈ ਚੀਜ਼ ਨਹੀਂ ਹੈ ਜਿਹੜੀ ਤੁਹਾਨੂੰ ਨਹੀਂ ਮਿਲੇਗੀ ਇੱਥੇ, ਜਿਹੜੀ ਤੁਸੀਂ ਚੀਜ਼ ਚਾਹੁੰਦੇ ਹੋ ਹਰੇਕ ਚੀਜ਼। ਕਿਹੜੀ ਚੀਜ਼ ਖਾਣੀ ਜਾਂਦਾ ਤੁਹਾਨੂੰ? ਹਰੇਕ ਚੀਜ਼ ਮਿਲਣੀ ਹੈ। ਹੱਥ ਰੱਖ, ਇੱਕ ਵਾਰੀ ਐਂ ਹੱਥ ਰੱਖ, ਨਾਲ ਹੀ ਚੱਕ ਲਈ, ਚੱਕ ਲਾ ਸ਼ੀਸ਼ੇ ਦੇ ਹੱਥ, ਸਿਰਾ ਉਹ ਦੇਖ, ਆਹ ਨਿਸ਼ਾਨ ਪੈ ਗਿਆ। ਕੇਕ ਪੇਸਟੀ ਹਰ ਤਰ੍ਹਾਂ ਦੀ ਵਰਾਇਟੀ ਹੈ ਜੀ ਇਸ ਮੋਲ 'ਚ, ਹਰ ਚੀਜ਼ ਮਿਲੇਗੀ। ਇੱਥੇ ਨਹੀਂ ਸ਼ੀਸ਼ਾ, ਇੱਥੇ ਹੱਥ ਨਹੀਂ ਲਾਉਣਾ। ਦਿਖਾਣ ਹੀ ਲਿਆਇਆ ਕਿ ਖਿਲਾਣ ਵੀ ਲਿਆਇਆ ਕੁਛ? ਇਹਦੇ ਉਹ ਨਾ ਕਰੋ, ਸ਼ੀਸ਼ੇ 'ਚ ਲੱਗ, ਦਿਖਾਣ ਹੀ ਲਿਆਇਆ ਕਿ ਖਿਲਾਣ ਵੀ ਲਿਆਇਆ? ਅੱਛਾ ਜੀ, ਦਿਖਾਣ ਲਿਆਇਆ ਇਹ ਸਿਰਫ, ਬੰਦਾ ਸ਼ੀਸ਼ੇ 'ਚ ਵੀ ਕੁਛ ਚੱਕ ਸਕਦਾ, ਸ਼ੀਸ਼ਾ ਹੈ ਨਹੀਂ ਗਾ। ਇਹ ਤੁਹਾਨੂੰ 225 ਰੁਪਏ ਦਾ ਦੇਖੋ ਸ਼ੀਸ਼ਾ, ਤੁਸੀਂ ਗੈਪ ਕਰਦੇ ਇੱਕ ਪਾਸੇ ਉਹ ਵੀ ਹੈਗਾ ਯਾਰ, ਨੋਨ ਵੈਜ ਉਹ ਵੀ ਹੈਗਾ ਆ, ਉੱਧਰ ਵੀ ਚੱਲੀਏ ਨੋਨ ਵੈਜ ਵਾਲੀ ਸਾਈਡ, ਕੈਮਰਾ ਘੁਮਾ ਦਈਏ ਇੱਕ ਵਾਰੀ। ਨਹੀਂ ਦਿਖਾ ਦਿੰਦੇ ਆ, ਉਹ ਬਲੌਗ ਤੇ ਦਿਖਾਈ ਜਾ ਰਹੇ ਵੈਜੀਟੇਰੀਅਨ ਮੋਮੋਜ਼ ਦੇਖੋ, ਤੁਹਾਨੂੰ ਪ੍ਰਕਾਰ ਪ੍ਰਕਾਰ ਦੇ ਮਿਲਣੇ, ਅੱਧੀ ਪ੍ਰਕਾਰ ਦੇ ਉਹਦੇ ਦਿਖਾਣੇ ਨਹੀਂ, ਖਿਲਾਣੇ ਵੀ ਹੈ। ਨਹੀਂ ਖਾਣਾ ਨਹੀਂ, ਇਹ ਟੇਸਟ ਨਹੀਂ ਸਹੀ ਹੁੰਦਾ, ਤੁਸੀਂ ਅੱਗੇ ਆ ਗਏ। ਨਮਕੀਨ ਕਾਫੀ ਵਧੀਆ ਜੀ, ਰੈਡੀ ਹੈ ਜੀ ਸਾਰਾ ਸਮਾਨ, ਨਮਸਕਾਰ ਨੌਨ ਵੈਜ ਵਾਲਿਆਂ ਲਈ। ਸਾਹਮਣੇ ਜੀ ਹੋਟ ਫੂਡ ਐਂਡ ਨੌਨ ਵੈਜ ਵੈਜੀਟੇਰੀਅਨ ਕੋਰਨਰ, ਇੱਕ ਇੱਧਰ ਇੱਕ ਉਹ ਅੱਗੇ ਵੀ ਹੈਗਾ, ਉੱਧਰ ਨਹੀਂ ਗਏ ਆਪਾਂ, ਫਰੈਸ਼ ਫਰੂਟ ਜੀ, ਜਿਹੜਾ ਮਰਜ਼ੀ ਫਰੂਟ ਲਓ ਇੱਦਾਂ ਦਾ, ਜਿਹੜਾ ਜਿਹੜਾ ਫਰੂਟ ਨਹੀਂ ਤੁਹਾਨੂੰ ਮਿਲੇਗਾ ਇੱਥੇ, ਤੁਹਾਨੂੰ ਹਰੇਕ ਪ੍ਰਕਾਰ ਦਾ ਫਰੂਟ ਮਿਲੇਗਾ ਜਿਹੜਾ ਕਿ ਕਿਤੇ ਨਹੀਂ ਮਿਲਦਾ। ਹਾਂ ਦੇਖੋ ਜੀ, ਇੱਥੇ ਆ ਕੇ ਤੁਹਾਨੂੰ ਹਰੇਕ ਤਰ੍ਹਾਂ ਦਾ ਫਰੂਟ ਹੋ ਗਿਆ। ਹਾਂ ਦੇਖੋ, ਇਹਦਾ ਨਾਮ ਕੀ ਹੈ, ਦੇਖਣਾ ਨਹੀਂ, ਕੀ ਨਾਮ ਹੈ ਇਹਦਾ? ਫਰੈਸ਼ ਹੀ ਹੈ, ਫਰੈਸ਼ 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 ਤੁਸੀਂ ਖਾਣ ਦੀ ਇੱਛੁਕ ਹੈਗੇ, ਦੇਖੋ ਕੱਟਿਆ ਕਟਾਇਆ ਵੀ ਸਮਾਨ ਮਿਲੇਗਾ। ਇਹ ਮੈਜਿਕ ਕਰਤਾ ਤੂੰ, ਸ਼ੀਸ਼ੇ ਲਾਤਾ ਸਿੱਧਾ ਕੱਟਤਾ, ਮੈਜਿਕ ਗੱਲਬਾਤ ਕਰ ਰਿਹਾ ਮੈਂ, ਸ਼ੀਸ਼ੇ ਦੇ ਵਿੱਚੋਂ ਸਿੱਧੇ ਚੱਕ ਲਈ ਦੇਣਾ। ਅੱਛਾ, ਇਹ ਕੀ ਹੈ?
ਹਾਂਜੀ ਡਰੈਗਨ ਫਰੂਟ ਕਹਿੰਦੇ ਵੈਸੇ ਤਾਂ, ਨਾਲ ਇਹਦੇ ਸੇਬ ਵੀ ਹੈਗਾ, ਨਾਲ ਵੀ ਕਹਿ ਦਿੰਦੇ ਨਾਲ ਅੰਗੂਰ ਵੀ ਹੈਗੇ ਆ। ਤੁਹਾਨੂੰ ਬਸ ਪਹਿਲਾਂ 132 ਰੁਪਏ ਦਾ ਪੈਣਾ ਇਹ। ਜਿਹੜੇ ਆਪਾਂ ਦਰਖਤਾਂ ਨੂੰ ਤੋੜ ਤੋੜ ਕੇ ਖਾਂਦੇ ਇਹਨਾਂ ਨੇ ਡੱਬਿਆਂ 'ਚ ਪੈ, ਤੂਤੀਆਂ ਜਿਹੜੀਆਂ ਡੱਬੇ 'ਚ ਪੈਕ ਕਰਕੇ ਵੇਚ ਰਹੇ, ਜਿਹੜੇ ਅਸੀਂ ਫ੍ਰੀ 'ਚ ਖਾਈਦੀਆਂ ਦਰਖਤਾਂ ਤੋੜ ਤੋੜ ਕੇ। ਤੂਤੀਆਂ ਉਹ ਨਹੀਂ ਹੈਗੀਆਂ, ਇੰਪੋਰਟ ਕੀਤੀਆਂ ਹੋਈਆਂ, ਐਕਸਪੋਰਟ ਹੈ ਬਾਹਰਲੀਆਂ। ਬਾਹਰਲੀਆਂ ਨਹੀਂ ਭਾਜੀ, ਉਹੀ ਹੈ ਕੈਨੇਡਾ ਤੋਂ ਮੰਗਵਾਉਣੀ। ਕੈਨੇਡਾ ਤੋਂ ਕਿੱਥੋਂ? ਹਾਂ ਇੰਡੀਅਨ ਰੈੱਡ ਕਲਰ ਦੇ ਧਾਗੇ ਨਾਲ। ਪਸੰਦ ਹੈ ਤੁਹਾਨੂੰ ਰੈੱਡ ਕਲਰ? ਅੱਜ ਤੱਕ ਕਿਸੇ ਨੇ ਦੇਖੀ ਨਹੀਂ ਭਾਜੀ ਇਹਦੇ ਨਾਲ ਦੇ ਬਣਾਉਣਾ? ਪਾਣੀ ਦਾ ਪੁੱਛੋ ਹੀ ਨਾ ਤੁਸੀਂ ਭਾਜੀ, ਕਿਹੜਾ ਕਿਹੜਾ ਪਾਣੀ ਇਹਨਾਂ ਨੇ ਰੱਖਿਆ। ਬਿਨਾਂ ਪਾਣੀ ਕੋਈ ਵੀ ਨਹੀਂ, ਬਿਨਾਂ ਤੁਹਾਨੂੰ ਪਤਾ ਨਹੀਂ ਤਾਂ ਖਾਣਾ ਹੀ ਹੈ ਇਹਨਾਂ ਨੇ, ਪਲਾਣਾ ਨਹੀਂ। ਆਹ ਦੇਖੋ ਜੀ ਉੱਧਰ ਹੋਰ ਕੁਛ ਰਹਿ ਗਿਆ, ਇਹ ਸ਼ੁਰੂ ਨਹੀਂ ਹੋਇਆ ਹਾਲੇ ਤਾਂ ਬਹੁਤ ਹੈ, ਇਹ ਤਾਂ ਕੁਛ ਵੀ ਨਹੀਂ ਹੈ। ਚਲੋ ਜੀ ਬੱਚਿਆਂ ਲਈ ਸਪੈਸ਼ਲ ਚੀਜ਼ਾਂ ਉਹਨਾਂ ਨੇ ਪਹਿਲੇ ਥੱਲੇ ਰੱਖੀਆਂ ਹੁੰਦੀਆਂ ਕਿ ਨਿਆਣੇ ਹੱਥ ਪਾਉਣ ਦੇ ਚੱਕਰ ਸਾੜ ਸਾੜ ਕਰ ਰਹੇ। ਯੈਸ ਇਹ ਕੀ ਇਹ ਫੋਟੋ ਵੀ ਖਿਚਾ ਸਕਦੇ ਹਾਂ? ਪਰ ਅਸੀਂ ਖਿਚਾਉਣ ਦੇ ਇੱਛੁਕ ਨਹੀਂ ਹੈ। ਮੋਮੋਸ ਕੀ ਮੋਮੋਸ ਤੈਨੂੰ ਮੈਂ ਪੁੱਛਦਾ, ਤੈਨੂੰ ਮੈਂ ਪੁੱਛਦਾ ਇਹ ਕੀ ਹੈ? ਸਮੋਸਾ ਜੀ, ਸਮੋਸਾ ਇੰਗਲਿਸ਼ ਨਾਮ ਦੱਸ ਇਹਦਾ। ਹੈ ਇੰਗਲਿਸ਼ ਨਾਮ ਦੱਸ? ਇੰਗਲਿਸ਼ ਸਮੋਸੇ ਨੂੰ ਕਹਿੰਦੇ ਆ, ਕੀ ਕਹਿੰਦੇ ਹੁਣ ਕੋਈ ਭਾਈ ਨੂੰ ਪੁੱਛ ਲਾ। ਇੰਗਲਿਸ਼ ਕੀ ਕਹਿੰਦੇ ਸਮੋਸੇ ਨੂੰ, ਕੀ ਬੋਲਦੇ ਸਮੋਸੇ ਕਾ ਇੰਗਲਿਸ਼ ਮੇਂ ਨਾਮ ਕਿਆ ਹੈ? ਇਸਕਾ ਸਰ ਸਮੋਸਾ ਚਾਟ ਬਣਤਾ ਹੈ ਯਹਾਂ ਪੇ। ਸਮੋਸਾ ਚਾਟ ਇੰਗਲਿਸ਼ ਮੇਂ ਕੀ ਬੋਲਦੇ ਇਸਕੋ? ਨੋ ਓਕਾ ਇਹ ਦੱਸਾਂਗੇ। ਕਚੋਰੀ ਕਹਿੰਦੇ ਆ ਨਾ ਭਾਈ, ਕੁਝ ਨਾਮ ਹੈਗਾ ਨਾ। ਚਲੋ ਜੀ ਕਰਦੇ ਕਰਾਉਂਦੇ ਅਸੀਂ ਪਹੁੰਚ ਗਏ, ਹੁਣ ਫਿਰ ਨੀਚੇ ਅਤੇ ਹੁਣ ਕਿੱਥੇ ਜਾਣਾ?
ਹੁਣ ਅਸੀਂ ਬਾਹਰ ਜਾ ਕੇ ਦੇਖਦੇ ਹਾਂ ਕਿਤੇ ਟੁੰਡੇ ਕਬਾਬ ਵਗੈਰਾ ਸਰਚ ਕਰਦੇ ਹਾਂ ਕਿੱਥੇ ਆ ਕਿੱਥੇ ਨਹੀਂ ਆ, ਅਤੇ ਉੱਧਰਲੀ ਸਾਈਡ ਘੁੰਮਣ ਚੱਲਦੇ ਆ, ਬਣੇ ਰਹੋ ਇਸ ਵੀਡੀਓ 'ਚ। ਇਹ ਮੌਲ ਸ਼ੁਰੂ ਹੋਇਆ ਅਤੇ ਉਹ ਪਿੱਛੇ ਤੱਕ ਗਈ ਯਾਰ। ਚੱਲਦੇ ਹਾਂ ਹੁਣ ਨੈਕਸਟ ਜਗ੍ਹਾ 'ਤੇ, ਬਣੇ ਰਹੋ। ਜੇ ਬਲੌਗ ਇੱਥੇ ਤੱਕ ਵਧੀਆ ਲੱਗਾ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਮਿਲਦੇ ਇੱਕ ਵਧੀਆ ਜੀ ਨਵੀਂ ਵੀਡੀਓ ਦੇ ਨਾਲ। ਬਾਏ।